कहते मेरे भतीजे मिल लो तो काम बन पा तो भतीजे ने कहा कि देखे तीजा सी ना सी जशन वो कहता भी थोड़ा काम बन पूगा आई सर कि आई कैसे बिट्टू जी आई कैसे देने इन्हों होर चा चढ़ गया ये तो कहते हूं ले आने तो दस बीह किलोमीटर का पिंड आ मेरा भतीजा बैठा है जैसे खड़ा खड़ा मेरे छोटे भाई का मुंडा है डॉक्टर ब्रह्म था इधर फादर भी डॉक्टर है MBA बैठे इधर मदर भी डॉक्टर है स्किन स्पेशलिस्ट है ये भी डॉक्टर है इधर छोटा भाई है जिधर वो भी होने डॉक्टर बने हैं सनी साहब ने जाके सॉन्ग गाती सी उन्होंने प्लेयर पेश करवा लो आई झूठ बोलते ने एक परिवार भगत का परिवार मन जो पिंड भगत का परिवार रब न मन सेवा करने दोहे टाइम सेवा का भला मन परिवार इन्हों की पता सी भी ए मतलब कोई होर होता वो कहता भी यदा मतलब 2 करोड़ सी गड्डी चक साफ हो गए कहते मेरी जेब च है वह कहते जेब च आ ही नहीं सकता जरा चोरी ठीक है जी जशन नाम तीजा मुझे होगा चनी साहब ने फिर मौका देना जशन बारे पूछ लिया होगा हालांकि चनी साहब ने कहा मैं सारे रिश्तेदार पूछ लिया मतलब काम करते पूछने की लड़ कहीं पैजे जो कोई ऐसी हिम्मत की नहीं पैजे मैं आप ही दे जवाब कि किसी रिश्तेदार की हिम्मत नहीं पै सकती कहते मैं पूछ लिया सारे पूछता नहीं क्लीयर ये तो मतलब होर मामले तो होंगे हो सो मैं सच बोलता जी मैं कोई माफिया नहीं क्रिएट करना ना ही मेरा इन्हों का कोई पुराना कोई कोई मेरे इन्होंने मुर्गी खाने सामने मैंने तो प्लेयर मे कि मिले थे 19 तरीक न असी जिते स्टे टीम की रेडिसन ब्लू होटल से उत्थे सर जान लगे थे मैं काफ़ी दूर खड़ा सगा तो सर बह गए थे गड्डी च तो मैं इशारा किया मतलब एग्जैक्टली इदा किया सर भज के आ गए कल ही तो उदो मैं सर तो कह कि सर 2-4 मिनट चाहिए थे थोड़े मैं बेनती कर ली सी तो फिर उदो सारा दसिया तो जो सर ने कहा मैं उन्हें ही दसिया ਝੂਠੂ ਦਾ ਪਹਿਲਾਂ ਭਤੀਜਾ ਪਹਿਲਾਂ ਭਾਣਜਾ ਫਿਰ ਭਤੀਜੇ ਪਰ ਆ ਗਿਆ ਫਿਰ ਪਹਿਲਾਂ ਭਤੀਜੇ ਭਾਣਜੇ ਦੇ ਆਇਆ ਇਸ ਤੋਂ ਇਲਾਵਾ ਤੁਸੀਂ ਇਹ ਦੇਖੋ ਕਿ ਉਹ ਬੰਦਾ ਕਹਿੰਦਾ ਹੈ ਕਿ ਜੀ ਮੈਂ ਕੈਪਟਨ ਕੋਲ ਵੀ ਗਿਆ ਇਹ ਕਹਿ ਰਿਹਾ ਉਹ ਉਹਦੇ ਫਾਦਰ ਨੇ ਬੋਲਣ ਦਿੱਤਾ ਮੁੰਡੇ ਨੂੰ ਤਾਂ ਬੋਲਣ ਹੀ ਨਹੀਂ ਦਿੱਤਾ ਸਵਾਲ ਕਿ ਮੈਂ ਕੈਪਟਨ ਕੋਲ ਗਿਆ ਪਹਿਲਾਂ ਉਹ ਕਹਿੰਦਾ ਤੇਰਾ ਕੇਸ ਬਣਦਾ ਤੈਨੂੰ ਨੌਕਰੀ ਦੇ ਦਾਂਗੇ ਇਹਨੇ ਨੂੰ ਸਰਕਾਰ ਮਾਰ ਗਈ ਫਿਰ ਮੈਂ ਚੰਨੀ ਕੋਲ ਗਿਆ ਚੰਨੀ ਕਹਿੰਦਾ ਤੇਰਾ ਕੇਸ ਬਣਦਾ ਹੈ ਮੇਰੇ ਭਤੀਜੇ ਨੂੰ ਮਿਲਦੇ ਇਹਦਾ ਮਤਲਬ ਉਹਨੂੰ ਇਹ ਤਾਂ ਪੱਕਾ ਸੀ ਕਿ ਮੇਰਾ ਕੇਸ ਬਣਦਾ ਜਿਸ ਤਰ੍ਹਾਂ ਉਹਨੇ ਪੇਸ਼ ਕੀਤੀ ਗੱਲ ਫਿਰ ਕਿਹਾ ਉਹ ਜਦ ਮੈਂ ਬਦਲ ਗਿਆ ਭਗਵੰਤ ਮਾਨ ਕੋਲ 1.5 ਸਾਲ ਚ ਵੀ ਆਇਆ ਹੋਊਗਾ ਬਈ ਆਪਣੀ ਨੌਕਰੀ ਦੇਣ ਜਦ ਉਹਨੂੰ ਪਤਾ ਹੈ ਕਿ ਮੇਰਾ ਕੇਸ ਠੀਕ ਹੈ ਔਰ ਬਣਦਾ ਹੈ ਮੈਨੂੰ ਕੈਪਟਨ ਨੇ ਵੀ ਹਾਂ ਕਰਤੀ ਮੈਨੂੰ ਚੰਨੀ ਨੇ ਵੀ ਹਾਂ ਕਰਤੀ ਦੋਨੋਂ ਬਦਲ ਕੇ ਹੁਣ ਭਗਵੰਤ ਮਾਨ ਆ ਗਿਆ 1.5 ਸਾਲ ਦੇ ਵਿੱਚ ਕਿਹਾ ਹੁਣ ਭਗਵੰਤ ਮਾਨ ਕੋਲ ਆਏ ਨਹੀਂ ਤੁਸੀਂ ਪੱਤਰਕਾਰ ਹੋ ਸਿਆਣੇ ਬੰਦੇ ਹੋ ਅੰਦਾਜ਼ਾ ਲਗਾਓ ਕਿ ਫਿਰ ਉਹ ਸੌਂ ਗਿਆ ਸੀ ਕਿ ਹੁਣ ਭਗਵੰਤ ਮਾਨ ਕੋਲ ਨਹੀਂ ਜਾਣਾ ਇਹ ਚੰਗਾ ਬੰਦਾ ਅਸਲੀ ਗੱਲ ਕਿਆ ਹੈ ਕਿ ਉਹ ਭਗਵੰਤ ਮਾਨ ਕੋਲ ਆਇਆ ਹੋਏਗਾ ਉਹਨੇ ਦੱਸਿਆ ਵੀ ਹੋਏਗਾ ਤੇ ਫਿਰ ਭਗਵੰਤ ਮਾਨ ਨੇ ਕਿਹਾ ਦੇ ਦਿੰਦੇ ਮੈਂ ਸਹੀ ਲੇਕਿਨ ਇਸ ਤਰ੍ਹਾਂ ਕਰਨਾ ਹੁਣ ਆਹ ਦਿਖਾਉਂਦਾ ਨਾ ਤੁਸੀਂ ਗ੍ਰਹਿ ਵਿਭਾਗ ਦੀਆਂ ਚਿੱਠੀਆਂ ਦੀਆਂ ਜਿਹਦੇ ਵਿੱਚ ਪੁਲਿਸ ਤੇ ਹੋਮ ਡਿਪਾਰਟਮੈਂਟ ਵੀ ਕਹਿੰਦਾ ਕਿ ਸਿੱਧੀ ਭਰਤੀ ਲਈ 3% ਕੋਟਾ ਜਿਹੜਾ ਨੈਕਸਟ ਭਰਤੀ ਦੇ ਵਿੱਚ ਤੁਸੀਂ ਇਲੀਜੀਬਲ ਹੋ 5-5 ਚੱਲ ਪਈ ਸੀ ਸਾਰੇ ਕਾਗਜ਼ ਪਏ ਨੇ ਇਹਨਾਂ ਕੋਲ ਸਾਰੇ ਕਾਗਜ਼ ਤੋੜ ਲਈ ਸੀ ਉਹਨਾਂ ਨੇ ਫਾਈਲ ਤੋੜ ਪਈ ਸੀ ਡਾਕੂਮੈਂਟਸ ਨੇ ਸਾਰੇ ਮਿਨਿਸਟਰੀ ਦੇ ਡਾਕੂਮੈਂਟਸ ਅਗਰਾਹ ਮਕਾਲੇ ਨੇ ਆਹ ਡਾਕੂਮੈਂਟਸ ਨੇ ਕਿ ਤੁਹਾਨੂੰ ਫਿਰ ਉਹਨਾਂ ਨੇ ਨਹੀਂ ਕਾਰਵਾਈ ਕੀਤੀ ਤਾਂ ਉਹਨਾਂ ਨੂੰ ਰਿਮਾਈਂਡਰ ਵੀ ਕਿਹਾ ਗਿਆ ਕਿ ਕੰਮ ਕਰੋ ਬਾਹਰ ਆ ਪਹਿਲਾਂ ਕੋਰਟ ਵਿੱਚ ਗਿਆ ਇਹਨੇ PPSC ਪਬਲਿਕ ਸਰਵਿਸ ਕਮਿਸ਼ਨ ਪੰਜਾਬ ਦਾ ਜਿਹੜਾ ਉਹਨੇ ਤੋਂ ਨੌਕਰੀ ਮੰਗੀ ਉਹਨਾਂ ਨੇ ਇਹਦੀ ਰਿਜੈਕਟ ਕਰਤੀ ਕਿ ਤੂੰ ਸਪੋਰਟਸ ਕੈਟਾਗਰੀ ਫੋਲ ਨਹੀਂ ਕਰਦਾ ਇਹ ਬੰਦਾ ਹਾਈ ਕੋਰਟ ਚਲੇ ਗਿਆ
ਹਾਈ ਕੋਰਟ ਦੇ ਸਿੰਗਲ ਜੱਜ ਕੋਲ ਲੱਗਿਆ, ਉਹਨਾਂ ਨੇ ਕਹਿਤਾ ਜੀ ਨਹੀਂ। ਡਬਲ ਜੱਜ ਕੋਲ ਅਪੀਲ ਕਰਤੀ, ਉਹਨਾਂ ਨੇ ਅਪੀਲ ਰਿਜੈਕਟ ਕਰ ਦਿੱਤੀ। ਹੁਣ ਅਜੇ ਕਿਉਂਕਿ ਅਜੇ ਪੜਤਾ ਖੁੱਲੀਆਂ ਨਹੀਂ, ਅਜੇ ਹੁਣੇ ਪਤਾ ਲੱਗਿਆ ਹੈ, ਇਹ ਵੀ ਪਤਾ ਲੱਗਿਆ ਕਿ ਸ਼ੈਸ਼ਨ ਜੱਜ ਨੇ ਵੀ ਇਹਦਾ ਕੈਂਸਲ ਕੀਤਾ ਹੋਇਆ। ਮੈਨੂੰ ਅਜੇ ਪੂਰਾ ਪਤਾ ਨਹੀਂ ਹੈ ਕਿਉਂਕਿ ਹੁਣੇ ਗੱਲ ਹੋਈ ਹੈ। ਅਜੇ ਮੈਂ ਜਦੇ ਪ੍ਰੈਸ ਕਰਦੇ ਮੈਂ ਨਾਮ ਦਾ ਸੋਚਣਾ ਕਿਉਂ ਨਹੀਂ ਆਇਆ, ਕਿਉਂਕਿ ਪੂਰੇ ਤੱਕ ਆਏ ਨੇ। ਕਹਿੰਦੇ ਨੇ ਸ਼ੈਸ਼ਨ ਜੱਜ ਤੋਂ ਵੀ ਅਪੀਲ ਖਾਰਜ ਹੋਏਗੀ, ਹਾਈ ਕੋਰਟ ਤੋਂ ਵੀ ਖਾਰਜ ਹੋ ਗਈ। ਹੁਣ ਅੱਗੇ ਦੁਬਾਰੇ ਪਾ ਕੇ ਵਾਪਸ ਵੀ ਲਈ ਕਿਉਂਕਿ ਹੁਣ ਭਗਵੰਤ ਮਾਨ ਦੇ ਨਾਲ ਸੌਦਾ ਹੋ ਗਿਆ।